ਭਾਰਤ ਰੁਕਵਾ ਸਕਦਾ ਹੈ ਰੂਸ ਯੂਕਰੇਨ ਜੰਗ। ਇਟਾਲੀਅਨ ਪੀਐਮ ਦਾ ਵੱਡਾ ਬਿਆਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਬਾਅਦ ਹੁਣ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਵੀ ਕਿਹਾ ਕਿ ਭਾਰਤ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ। ਰੂਸ ਅਤੇ ਯੂਕਰੇਨ ਫਰਵਰੀ 2022 ਤੋਂ ਜੰਗ ਵਿੱਚ ਉਲਝੇ ਹੋਏ ਨੇ। ਮੈਲੋਨੀ ਦੀਆਂ ਟਿੱਪਣੀਆਂ ਫੋਰਮ ਵਿੱਚ ਆਪਣੇ ਸੰਬੋਧਨ ਦੌਰਾਨ ਆਈਆਂ। ਉਸਨੇ ਇਸ ਤੋਂ ਕੁਝ ਸਮਾਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨਾਲ ਮੁਲਾਕਾਤ ਕੀਤੀ ਸੀ, ਜਦੋਂ ਇਟਾਲੀਅਨ ਪੀਐਮ ਨੇ ਇਹ ਟਿੱਪਣੀ ਕੀਤੀ ਕਿ ਯੂਕਰੇਨ ਦੇ ਰਾਸ਼ਟਰਪਤੀ ਵੀ ਉਹਨਾਂ ਦੇ ਨਾਲ ਮੰਚ ਤੇ ਮੌਜੂਦ ਸਨ। ਜਾਰਜੀਆ ਮੈਲੋਨੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਸਪਸ਼ਟ ਹੈ ਕਿ ਜੇਕਰ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਗਈ ਹੈ ਤਾਂ ਸੰਘਰਸ਼ ਅਤੇ ਸੰਕਟ ਹੋਰ ਵੱਧ ਜਾਵੇਗਾ। ਪਰ ਇਹ ਵੀ ਸਪਸ਼ਟ ਹੈ ਕਿ ਜਿਵੇਂ ਜਿਵੇਂ ਸੰਕਟ ਵੱਧਦਾ ਹੈ, ਕੁਦਰਤੀ ਤੌਰ 'ਤੇ ਵਿਸ਼ਵ ਆਰਥਿਕਤਾ ਪ੍ਰਭਾਵਿਤ ਹੋਵੇਗੀ। ਅੰਤਰਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਦੀ ਉਲੰਘਣਾ ਅਤੇ ਆਰਥਿਕ ਵਿਸ਼ਵੀਕਰਨ ਇਕੱਠੇ ਨਹੀਂ ਚੱਲ ਸਕਦੇ। ਮੇਰਾ ਮੰਨਣਾ ਹੈ ਕਿ ਚੀਨ ਅਤੇ ਭਾਰਤ ਟਕਰਾਅ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਨੇ। ਇੱਕੋ ਚੀਜ਼ ਜੋ ਨਹੀਂ ਹੋ ਸਕਦੀ, ਇਹ ਸੋਚਣਾ ਕਿ ਯੂਕਰੇਨ ਨੂੰ ਛੱਡ ਕੇ ਸੰਘਰਸ਼ ਨੂੰ ਹੱਲ ਕੀਤਾ ਜਾ ਸਕਦਾ ਹੈ। ਮੈਲੋਨੀ ਨੇ ਕਿਹਾ ਕਿ ਇਟਲੀ ਲਈ ਯੂਕਰੇਨ ਦਾ ਸਮਰਥਨ ਕਰਨ ਦੀ ਚੋਣ ਸਭ ਤੋਂ ਪਹਿਲਾਂ ਰਾਸ਼ਟਰੀ ਹਿੱਤ ਦੀ ਚੋਣ ਰਹੀ ਹੈ ਅਤੇ ਇਹ ਅਜਿਹੀ ਚੋਣ ਹੈ ਜੋ ਬਦਲੇਗੀ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਅਗਸਤ ਨੂੰ ਆਪਣੀ ਯੂਕਰੇਨ ਫੇਰੀ ਦੌਰਾਨ ਵੋਲੋਦੀਮੀਰ ਜ਼ੈਲੈਂਸਕੀ ਨੂੰ ਰੂਸ ਨਾਲ ਸਿੱਧੀ ਗੱਲਬਾਤ ਕਰਨ ਦੀ ਅਪੀਲ ਕੀਤੀ ਸੀ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਦੋਵਾਂ ਦੇਸ਼ਾਂ ਨੂੰ ਜੰਗ ਖਤਮ ਕਰਨ ਲਈ ਚ ਦੇਰੀ ਨਹੀਂ ਕਰਨੀ ਚਾਹੀਦੀ। ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਭਾਰਤ ਰੁਕਵਾ ਸਕਦਾ ਰੂਸ ਯੂਕਰੇਨ ਦੀ ਜੰਗ, ਇਹ ਇਟਾਲੀਅਨ ਪੀਐਮ ਦਾ ਵੱਡਾ ਬਿਆਨ ਹੈ।